ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਬਹੁਤ ਵਧੀਆ ਹੋਗੇ ਸੋ ਕਾਫੀ ਟਾਈਮ ਤੋਂ ਵੀਡੀਓ ਨਹੀਂ ਬਣਾ ਚੁੱਕੇ ਅਸੀਂ ਟਾਈਮ ਨਹੀਂ ਲੱਗਾ ਜਾਂ ਕਿੱਦਾਂ ਵੀ ਕਹਿ ਲਓ ਤੇ ਹੁਣ ਅਸੀਂ ਕੰਮ ਕਰ ਰਹੇ ਹਾਂ ਆਪਣੇ ਸ਼ੰਕਰ ਭਾਜੀ ਦੇ ਘਰ ਪਰ ਜੋ ਕਬੱਡੀ ਸਟਾਰ ਹੈ ਸ਼ੰਕਰ ਭਾਜੀ ਸੰਧਵਾ ਤੋਂ ਉਹਨਾਂ ਦੇ ਘਰ ਅਸੀਂ ਕੰਮ ਕਰ ਰਹੇ ਹਾਂ ਤੇ ਉਹਨਾਂ ਦੇ ਦਰਵਾਜ਼ੇ ਹੀ ਰਿਪੇਅਰ ਕਰਕੇ ਮਤਲਬ ਕਿ ਪੁਰਾਣੀ ਕੋਠੀ ਦੇ ਰਿਪੇਅਰ ਕਰਕੇ ਤੇ ਹੁਣ ਅਸੀਂ ਲਾ ਰਹੇ ਹਾਂ ਉੱਪਰ ਸਨਮੇਕਾ ਠੀਕ ਆ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਬਾਬੇ ਦੀ ਕਿਰਪਾ ਨਾਲ ਵਾਹਿਗੁਰੂ ਮਿਹਰ ਰੱਖੇ ਇੱਦਾਂ ਹੀ ਸਾਡੇ ਵਿੱਕੀ ਵੀਰ ਜੀ ਲਾ ਰਹੇ ਨੇ ਅਰਲ ਫੈਂਸੀ ਸਾਡਾ ਭਲਵਾਨ ਵੀ ਆਇਆ ਜੀ ਅੱਜ ਕੰਮ ਤੇ ਭਲਵਾਨ ਜੀ ਤੇ ਮੂੰਹ ਕਰਿਓ ਮਾੜਾ ਜਿਹਾ ਕੀ ਖਾਲਸਾ ਜੀ ਬਹੁਤ ਵਧੀਆ ਕੰਮ ਕਰਦੇ ਨੇ ਭਾਜੀ ਕਿਉਂ ਓਦਾਂ ਕਿਉਂ ਗਈ ਆ ਵਧੀਆ ਕੰਮ ਕਰਨੇ ਵਧੀਆ ਕਹਿਣਾ ਫਿਰ ਕੀ ਵਿੱਕੀ ਭਾਜੀ ਸਾਡੇ ਬਹੁਤ ਵਧੀਆ ਕੰਮ ਕਰਦੇ ਨੇ ਠੀਕ ਆ ਜੀ ਭਾਜੀ ਕੇ ਪੁਰਾਣੇ ਦਰਵਾਜ਼ੇ ਸੀ ਉਹਨਾਂ ਨੂੰ ਰਿਪੇਅਰ ਕੀਤਾ ਰਿਪੇਅਰ ਕਰਕੇ ਸਨਮੇਕਾ ਲਾ ਕੇ ਉੱਪਰ ਨਵੇਂ ਵਾਂਗ ਬਣ ਗਏ ਨੇ ਬਿਲਕੁਲ ਨਵੇਂ ਹੋ ਗਏ ਨੇ ਇਸ ਕਮਰੇ ਦੇ ਵਿੱਚ ਜੋ ਵੀ ਭਾਈ ਦਾ ਅੱਜ ਤੱਕ ਮਾਨ ਸਨਮਾਨ ਹੋਇਆ ਹੈ ਟਰਾਫੀਆਂ ਸ਼ੀਲਡਾਂ ਵਗੈਰਾ ਉਹ ਸਾਰਾ ਕੁਛ ਇਸ ਕਮਰੇ ਦੇ ਵਿੱਚ ਬਹੁਤ ਹੀ ਜ਼ੋਰਾਂ ਦੇ ਨਾਲ ਕੰਮ ਚੱਲ ਰਿਹਾ ਹੈ ਜੀ ਸਾਡੇ ਜੰਮਲ ਭਾਈ ਭਾਈ ਬਹੁਤ ਵਧੀਆ ਕੇਸ ਹੋ ਗਏ ਨੇ ਅਤੇ ਸਾਡੇ ਪੈਂਟਰ ਸਾਹਿਬ ਨੇ ਅਸੀਂ ਪੈਂਟਰ ਸਾਹਿਬ ਵੀ ਰੱਖੇ ਨੇ ਵਿੱਕੀ ਭਾਈ ਵਿੱਕੀ ਦੋ ਕੰਮ ਕਰਦਾ ਇੱਥੇ ਲੱਕੜ ਦਾ ਵੀ ਕਰਦਾ ਅਤੇ ਪੇਂਟਰ ਵੀ ਹੈਗਾ ਜੀ ਅਤੇ ਇਹ ਨੇ ਆਪਣੇ ਸੰਧੂ ਸਾਹਿਬ ਹੋਰ ਕਿੱਦਾਂ ਫਿਰ ਸਭ ਵੀ ਵਧੀਆ ਭਾਈ ਠੀਕ ਠਾਕ ਜੀ ਹਾਂਜੀ ਵਧੀਆ ਸਭ ਵੀ ਕੱਢੀ ਜਾਂਦਾ ਵੱਟ ਪੂਰੇ ਬਸ ਤੁਹਾਡੀ ਕਿਰਪਾ ਜੀ ਸਾਡੇ ਮੇਰੀ ਸ਼ਾਨ ਆ ਪੂਰੀ ਹੱਥ ਕਰਾਉਂਦਾ ਬਹੁਤ ਵਧੀਆ ਗੇਮ ਹੈ ਭਾਈ ਦੀ ਸ਼ੰਕਰ ਸੰਧੂ ਦੁਨੀਆ ਜਾਣਦੀ ਹੈ ਇਸ ਟਾਈਮ ਨਾਲੇ ਭਗਤੂਪੁਰ ਵਾਲੇ ਬਹੁਤ ਹੀ ਹੱਥ ਕਰਾਉਂਦੇ ਭਗਤੂਪੁਰ ਵਾਲੇ ਚਲੋ ਹੈ ਮਾੜੇ ਮੋਟੇ ਜਿਹੇ ਵੀ ਹੈਗੇ ਸੰਧਵਾ ਵਾਲੇ ਕਿਹੜੇ ਘੱਟ ਆ ਵੇਖੋ ਛਾਏ ਪਏ ਪੂਰੇ ਹਾਂਜੀ ਤੇ ਗਾਈ ਸਾਡੇ ਹੁਣ ਜਨਤਾ ਜਿਹੜੀ ਉਹ ਚਾਹ ਪੀ ਰਹੀ ਆ ਪੇਂਟਰ ਦਾ ਸਾਡੇ ਪੇਂਟਰ ਸਾਹਿਬ ਦੇਖੋ ਆਹ ਕੁਛ ਕਿੰਨਾ ਪੀਂਦੇ ਪਾ ਦਿੰਦੀ ਹਾਂ ਮੈਂ ਐਂ ਤਾਂ ਕਰਦਾ ਨਾ ਕਿੱਦਾਂ ਹੈਗੀ ਓਏ ਕਿਸ ਚੱਲਿਆ ਵਾ ਰਮਣ ਇੱਧਰ ਆ ਇੱਧਰ ਕੰਮ ਇੱਧਰ ਵਾ ਬਾਹਰ ਨੂੰ ਨਹੀਂ ਆਉਣਾ ਚਾਹ ਫੜੀ ਕਿੱਦਾਂ ਤੂੰ ਹੈਂ ਚਾਹ ਤੇ ਮਾਮਾ ਤੇਰੀ ਖਤਮ ਹੋ ਗਈ ਆ ਤੇ ਤੂੰ ਬੰਨ ਤੁਰੇ ਜਾਂਦਾ ਹੁਣ ਬੰਦੇ ਬਹਾਨੇ ਲੱਭਦੇ ਆ ਇੱਕ ਆਹ ਵੇਖ ਚਾਹ ਚਾਹ ਡੋਲ ਕੇ ਤੇ ਆਉਂਦਾ ਇਹ ਮੈਂ ਚਾਹ ਪੀ ਲਈ ਆ ਬੈਠਾ ਇੱਧਰ ਇੱਧਰ ਕਰ ਵੇ
ਤੇ ਤਿੰਨ ਚਾਰ ਕੰਮ ਕਰਦਾ ਚਾ ਡੋਲੀ ਕਿਉਂ ਨਹੀਂ ਪੈਂਟਰ ਵੀ ਆ ਕਾਰ ਪੈਂਟਰ ਵੀ ਆ ਚਾ ਪੀ ਲਈ ਆ ਤੇ ਬੰਦਾ ਬਜਰੀਲਾ ਹਾਂਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀਆਂ ਪਹਿਲੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਉਮੀਦ ਹੈ ਕਿ ਤੁਸੀਂ ਸਾਰੇ ਇੱਦਾਂ ਹੀ ਅੱਗੇ ਵੀ ਪਿਆਰ ਦਿੰਦੇ ਰਹੋਗੇ ਤੇ ਹੁਣ ਦੋ ਚਾਰ ਦਿਨ ਤੱਕ ਸ਼ੰਕਰ ਭਾਈ ਦੇ ਵੀ ਦਰਵਾਜ਼ੇ ਰੈਡੀ ਹੋ ਜਾਣੇ ਆ ਤੇ ਫਿਰ ਦੇਖੋ ਅੱਗੇ ਭਾਈ ਕੀ ਕਹਿੰਦੇ ਆ ਕੰਮ ਬਾਰੇ ਕਿਚਨ ਦਾ ਕਹਿਣ ਡੇ ਸੀ ਕਿ ਕਰਾਉਣਾ ਵਾ ਤੇ ਫਿਰ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ ਥੈਂਕ ਯੂ ਦਿਲੋਂ ਧੰਨਵਾਦ ਸਾਰਿਆਂ ਰੱਬ ਰੱਖਾ।